ਮਾਈ ਟੀ ਵੀ ਦੇ ਵਿਊਜ਼ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਅਦਾਬ, ਨਮਸਕਾਰ। ਮੈਂ ਤੁਹਾਡਾ ਆਪਣਾ ਆ ਗਿਆ ਪਾਲ ਸਿੰਘ ਬਾਠ। ਪ੍ਰੋਗਰਾਮ ਡੀ ਸੀ ਨਾਈ ਵਿਦ ਪਾਵਰ ਬਣਦਾ ਕਿੱਦਾਂ ਹਾਜ਼ਰ ਹੈ, ਜਿਹਦੇ ਵਿੱਚ ਆਪਾਂ ਅੱਜ ਗੱਲ ਕਰਾਂਗੇ ਆਪਣੇ ਗੁਆਂਢੀ ਦੇਸ਼ ਬਾਰੇ, ਅਮੈਰੀਕਾ ਤੋਂ ਨਾਲ ਦਾ ਦੇਸ਼ ਕੈਨੇਡਾ ਦੀ ਗੱਲ ਕਰ ਰਹੇ ਹਾਂ ਜੀ, ਜੋ ਕਿ ਵਾਸ਼ਿੰਗਟਨ ਡੀ ਸੀ ਤੋਂ ਤਕਰੀਬਨ 7 ਤੋਂ 8 ਘੰਟੇ ਦੀ ਡਰਾਈਵ ਤੋਂ ਸ਼ੁਰੂ ਹੋ ਜਾਂਦਾ, ਪ੍ਰੋਵਿੰਸ ਓਨਟੈਰੀਓ। ਗੱਲ ਇਸ ਕਰਕੇ ਕਰਨ ਜਾ ਰਿਹਾ ਕਿਉਂਕਿ ਵੀਰਵਾਰ ਨੂੰ 7 ਤਰੀਕ ਨੂੰ ਉੱਥੇ ਓਨਟੈਰੀਓ ਪ੍ਰੋਵਿੰਸ ਦੀ ਇਲੈਕਸ਼ਨ ਹੋਈ ਹੈ। ਇਲੈਕਸ਼ਨ ਦੇ ਵਿੱਚ ਜੋ ਰਿਜ਼ਲਟ ਆਏ ਨੇ ਉਹ ਜਿੱਥੇ ਉਸ ਪ੍ਰੋਵਿੰਸ ਦੀ ਪਾਪੂਲੇਸ਼ਨ 'ਤੇ ਇਫੈਕਟ ਕਰਦੇ ਨੇ, ਪਰ ਖਾਸ ਤੌਰ 'ਤੇ ਕਿਉਂਕਿ ਸਾਡੀ ਉੱਥੇ ਪੰਜਾਬੀ ਵੱਸੋਂ ਬਹੁਤ ਹੈ, ਉਹਦੇ 'ਤੇ ਬਹੁਤ ਇੰਪੈਕਟ ਪੈਂਦਾ। ਉਹਨਾਂ ਦੇ ਪ੍ਰੈਜੈਂਟ ਔਰ ਫਿਊਚਰ 'ਤੇ ਕੀ ਇਫੈਕਟ ਪੈਣੇ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ। ਥੋੜ੍ਹਾ ਜਿਹਾ ਉਹਨਾਂ ਵਿਊਜ਼ ਲਈ ਜੋ ਕੈਨੇਡਾ ਦੇ ਪੋਲੀਟੀਕਲ ਸਿਸਟਮ ਦੇ ਬਾਰੇ ਇੰਨੇ ਜਾਣੂ ਨਹੀਂ ਔਰ ਦੁਨੀਆ ਦੇ ਦੂਰ ਦੇ ਕੋਨੇ 'ਚ ਵੱਸਦੇ ਨੇ, ਮੈਂ ਦੱਸਣਾ ਚਾਹੁੰਦਾ ਕਿ ਓਨਟਾਰੀਓ ਪ੍ਰੋਵਿੰਸ ਦੇ ਵਿੱਚ ਜਿਹੜੀਆਂ ਟੋਟਲ ਸੀਟਾਂ ਨੇ ਜੀ ਉਹ 124 ਸੀਟਾਂ ਸੀ, ਅਤੇ 3 ਪਾਰਟੀਆਂ ਮੇਨ ਤੌਰ 'ਤੇ ਆਪਸ ਵਿੱਚ ਲੜਾਈ ਲੜ ਰਹੀਆਂ ਸੀ। ਸਭ ਤੋਂ ਪਹਿਲਾਂ ਲਿਬਰਲ ਪਾਰਟੀ, ਜਿਹਦੇ ਹੈੱਡ ਸਾਡੇ ਪ੍ਰਾਈਮ ਮਿਨਿਸਟਰ ਉੱਥੇ ਦੇ ਮਿਸਟਰ ਜਸਟਿਨ ਟਰੂਡੋ ਸਾਹਿਬ, ਔਰ ਉਹ ਤੋਂ ਬਾਅਦ ਦੂਸਰੀ ਹੈਗੀ ਆ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ, ਅਤੇ ਤੀਸਰੀ ਜਿਹਦੇ ਬਾਰੇ ਹਰ ਇੱਕ ਪੰਜਾਬੀ ਜਾਣੂ ਹੈ ਜਾਂ ਹੋਣਾ ਜ਼ਰੂਰ ਚਾਹੀਦਾ, ਕਿਉਂਕਿ ਇਹ ਪਾਰਟੀ ਨਿਊ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਹੈੱਡ ਨੇ NDP ਦੇ, ਉਹਨੇ ਸਾਡੇ ਸਰਦਾਰ ਜਗਮੀਤ ਸਿੰਘ ਹੋਣੀ, ਔਰ ਜਿਨ੍ਹਾਂ ਬਾਰੇ ਇਹ ਵੀ ਕਿਹਾ ਲੱਗਦੇ ਨੇ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਉਹ ਕੈਨੇਡਾ ਦੇ ਪਹਿਲੇ ਸਰਦਾਰ ਪ੍ਰਾਈਮ ਮਿਨਿਸਟਰ ਹੋ ਸਕਦੇ ਨੇ। ਆਪਣੀ ਆਪਣੀ ਰਾਏ ਹੈ, ਇਹ ਵੱਖ ਤੌਰ ਪਰਮਾਤਮਾ ਜਾਣਦਾ ਕਿ ਫਿਊਚਰ ਵਿੱਚ ਕੀ ਹੋਏਗਾ, ਲੇਕਿਨ ਇਲੈਕਸ਼ਨ ਦੇ ਵਿੱਚ ਬੜੇ ਹੀ ਡਿਫਰੈਂਟ ਰਿਜ਼ਲਟਸ ਦੇਖਣ ਨੂੰ ਮਿਲੇ ਨੇ, ਕਿਉਂਕਿ ਜਿਹੜੀ ਬਾਜੀ ਮਾਰੀ 3 ਪਾਰਟੀਆਂ ਦੇ ਵਿੱਚੋਂ ਉਹ ਮਾਰੀ ਹੈ ਜੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ। ਉਹਨਾਂ ਨੇ 76 ਸੀਟਾਂ ਹਾਸਲ ਕੀਤੀਆਂ ਨੇ ਪਿਛਲੀ ਵਾਰੀ ਨਾਲੋਂ, ਜਦੋਂ ਕਿ ਉਹਨਾਂ ਕੋਲ 27 ਸੀਟਾਂ ਸਨ। ਐਤਕੀ ਉਹਨਾਂ ਨੇ 49 ਸੀਟਾਂ ਫਾਲਤੂ ਜਿੱਤ ਕੇ ਉਹ 76 ਸੀਟਾਂ 'ਤੇ ਪਹੁੰਚੇ ਨੇ। ਦੂਸਰੇ ਨੰਬਰ 'ਤੇ ਸਰਦਾਰ ਜਗਮੀਤ ਸਿੰਘ ਉਹਨਾਂ ਦੀ ਪਾਰਟੀ ਆਈ ਹੈ, NDP ਨਿਊ ਡੈਮੋਕ੍ਰੈਟਿਕ ਪਾਰਟੀ। ਉਹਨਾਂ ਨੇ ਪਿਛਲੇ ਵਾਰੀ ਜਦੋਂ ਉਹਨਾਂ ਕੋਲ 18 ਸੀਟਾਂ ਸਨ, ਐਤਕੀ ਉਹਨਾਂ ਨੇ 22 ਹੋਰ ਵਿੱਚ ਐਡ ਕਰਕੇ ਉਹ 40 ਨੰਬਰ 'ਤੇ ਪਹੁੰਚ ਗਏ ਨੇ। ਔਰ ਜਿੱਥੇ ਸਭ ਤੋਂ ਵੱਧ ਨੁਕਸਾਨ ਹੋਇਆ ਉਹ ਹੋਇਆ ਲਿਬਰਲ ਪਾਰਟੀ ਨੂੰ, ਮਿਸਟਰ ਟਰੂਡੋ ਦੀ ਪਾਰਟੀ ਨੂੰ। ਔਰ ਉਹਨਾਂ ਨੇ ਪਿਛਲੀ ਵਾਰੀ ਜੋ ਉਹਨਾਂ ਕੋਲ 55 ਸੀਟਾਂ ਸੀ, ਸੋ ਦੇ ਵਰ ਦ ਰੂਲਿੰਗ ਪਾਰਟੀ ਇਨ ਓਨਟੈਰੀਓ ਪ੍ਰੋਵਿੰਸ, ਉਹਨਾਂ ਦੇ ਕੋਲ ਸਿਰਫ 7 ਸੀਟਾਂ ਆਈਆਂ ਨੇ, 48 ਸੀਟਾਂ ਦਾ ਉਹਨਾਂ ਨੇ ਨੁਕਸਾਨ ਜਿਹੜਾ ਸਹਾਰਿਆ। ਉਚੇਚੇ ਤੌਰ 'ਤੇ ਮੇਰੇ ਨਾਲ ਸਟੂਡੀਓ ਦੇ ਵਿੱਚ ਸਟੀਵਨ ਸਰਕਾਰੀਆ ਨੇ, ਸਰਕਾਰੀਆ ਸਾਹਿਬ ਜੀ ਆਖਿਆ ਜੀ, ਸਰਕਾਰ ਸਾਹਿਬ ਸਵਾਗਤ ਹੈ ਤੁਹਾਡਾ। ਥੈਂਕ ਯੂ। ਬੜੀ ਦੇਰ ਬਾਅਦ ਤੁਸੀਂ ਸਾਡੇ ਕੋਲ ਸਟੂਡੀਓ ਪਹੁੰਚੇ ਹੋ, ਗੁੱਡ ਟੂ ਸੀ ਯੂ ਸਰ। ਤੁਹਾਡੇ ਨਾਲ ਵੀ ਗੱਲਬਾਤ ਕਰਾਂਗੇ, ਲੇਕਿਨ ਪਹਿਲਾਂ ਗੱਲਬਾਤ ਕਰਾਂਗੇ ਆਪਾਂ ਕੈਨੇਡਾ ਦੇ ਵਿੱਚ, ਇਸ ਇਲੈਕਸ਼ਨ ਦੇ ਬਾਰੇ ਆਪਾਂ ਆਪਣੇ ਵਿਚਾਰ ਪੂਰੇ ਕਰ ਲਈਏ। ਉੱਥੇ ਦੀ ਇੱਕ ਬਹੁਤ ਉੱਚ ਸ਼ਖਸੀਅਤ ਹੈ ਜੀ, ਮੇਰੀ ਮੁਰਾਦ ਸਰਦਾਰ ਹੈਰੀ ਧਾਲੀਵਾਲ ਸਾਹਿਬ ਹੁਣਾਂ ਤੋਂ ਹੈ, ਜੋ ਕਿ ਇਮੀਗ੍ਰੇਸ਼ਨ ਜੱਜ ਜਿਨ੍ਹਾਂ ਨੇ ਸੇਵਾ ਨਿਭਾਈ ਹੈ, ਔਰ ਉਹਦੇ ਨਾਲ ਨਾਲ ਪੋਲੀਟੀਕਲੀ ਹੀ ਇਜ਼ ਵੈਰੀ ਐਕਟਿਵ। ਤੁਸੀਂ ਅਕਸਰ ਉਹਨਾਂ ਨੂੰ ਕੈਨੇਡਾ ਦੇ ਜਿੰਨੇ ਵੀ TV ਚੈਨਲਸ ਨੇ ਉਹਨਾਂ ਦੇ ਉੱਤੇ ਤੁਸੀਂ ਦੇਖਦੇ ਰਹਿੰਦੇ ਹੋ, ਉਹ ਆਪਣੇ ਵਿਚਾਰ ਪੰਜਾਬ ਦੀ ਧਰਤੀ ਪ੍ਰਤੀ ਵੀ ਦਿੰਦੇ ਰਹਿੰਦੇ ਨੇ, ਔਰ ਇੱਥੇ ਦੀ ਪੋਲੀਟਿਕਸ ਬਾਰੇ ਵੀ ਆਪਣੇ ਵਿਚਾਰ ਦਿੰਦੇ ਰਹਿੰਦੇ ਨੇ। ਖਾਸ ਕਰਕੇ ਪਹਿਚਾਣੇ ਜਾਂਦੇ ਨੇ ਆਪਣੀ ਪੱਗ ਦੇ ਰੰਗ ਬਿਰੰਗੇ ਪੱਗ ਬੰਨ ਕੇ। ਸੋ ਗੱਲ ਕਰਦੇ ਹਾਂ ਸਰਦਾਰ ਹੈਰੀ ਧਾਲੀਵਾਲ ਸਾਹਿਬ ਨਾਲ। ਧਾਲੀਵਾਲ ਸਾਹਿਬ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਤੁਹਾਡਾ DC 9 ਵਿਦ ਪਾਲ ਬਾਠ, ਔਰ ਮੈਂ ਆਗਿਆ ਪਾਲ ਸਿੰਘ ਬਾਠ ਬੋਲ ਰਿਹਾ ਜੀ। ਮਾਠ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦਾ, ਤੇ ਤੁਹਾਡੇ ਸਰੋਤਿਆਂ ਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਧਾਲੀਵਾਲ ਸਾਹਿਬ, ਸਭ ਤੋਂ ਪਹਿਲਾਂ ਜਿਹੜੀ ਮਾਣ ਫਖਰ ਦੀ ਗੱਲ ਹੈ ਕਿ ਤੁਸੀਂ ਬਤੌਰ ਇਮੀਗ੍ਰੇਸ਼ਨ ਜੱਜ ਭੂਮਿਕਾ ਨਿਭਾਈ ਹੈ ਕੈਨੇਡਾ ਦੀ ਧਰਤੀ ਦੇ ਉੱਤੇ, ਸਾਡੀ ਸਾਰੀ ਪੰਜਾਬੀ ਕਮਿਊਨਿਟੀ ਨੂੰ ਇਸ ਚੀਜ਼ ਦਾ ਬਹੁਤ ਫਖਰ, ਇਸ ਗੱਲ ਦਾ ਹੈਗਾ, ਬਹੁਤ ਮਾਣ ਹੈ। ਔਰ ਤੁਹਾਡੀ ਪਹਿਚਾਣ ਤੁਹਾਡੀ ਪੱਗ ਤੋਂ ਹੈ, ਜਿਸ ਤਰੀਕੇ ਦੀ ਤੁਸੀਂ ਪੱਗ ਬੰਨ੍ਹਦੇ ਹੋ, ਡਾਟਡ ਪੱਗ ਬੰਨ੍ਹਦੇ ਹੋ, ਦੂਰੋਂ ਪਤਾ ਲੱਗ ਜਾਂਦਾ ਕਿ ਇਹ ਸ਼ਖਸੀਅਤ ਸਰਦਾਰ ਹੈਰੀ ਧਾਲੀਵਾਲ ਸਾਹਿਬ ਉਹਨਾਂ ਦੀ ਹੈ। ਪੋਲੀਟੀਕਲੀ ਤੁਸੀਂ ਬਹੁਤ ਐਕਟਿਵ ਹੋ, ਔਰ ਮੈਨੂੰ ਪਤਾ ਕਿ ਤੁਹਾਡੀ ਪਾਰਟੀ ਜਿਹੜੀ ਹੈ ਉਹ ਜੇਤੂ ਰਹੀ ਹੈ ਇਸ ਇਲੈਕਸ਼ਨ ਦੇ ਵਿੱਚ। ਮੈਂ ਚਾਹਾਂਗਾ ਕਿ ਤੁਸੀਂ ਐਜ਼ ਕੈਨੇਡੀਅਨ ਔਰ ਐਜ਼ ਪਾਰਟੀ ਮੈਂਬਰ ਆਪਣੇ ਵਿਊਜ਼ ਇਸ ਇਲੈਕਸ਼ਨ ਪ੍ਰਤੀ ਪਲੀਜ਼ ਸਾਡੇ ਵਿਊਜ਼ ਦੇ ਨਾਲ ਸਾਂਝੇ ਕਰੋ। ਦੇਖੋ, ਮੈਂ ਇੱਥੇ ਸਿਟੀਜ਼ਨਸ਼ਿਪ ਜੱਜ ਵੀ ਰਿਹਾ ਹੋਇਆ ਅਤੇ
ਦੇਖਣ ਦਾ ਤਰੀਕਾ ਬਹੁਤ ਵੱਖਰਾ ਹੈਗਾ। ਹੋ ਸਕਦਾ ਬਹੁਤਿਆਂ ਨੂੰ ਲੱਗਦਾ ਹੋਵੇ ਵੀ ਜਦੋਂ ਪਾਰਟੀ ਦੀ ਸਿਆਸਤ ਹੁੰਦੀ ਹੈ ਤਾਂ ਅਸੀਂ ਬਹੁਤ ਖੁੱਭ ਕੇ ਕਰਦੇ ਹਾਂ ਅਤੇ ਖੁੱਭ ਕੇ ਵੀ ਕਰਦੇ ਹਾਂ, ਦਲੇਰੀ ਨਾਲ ਕਰਦੇ ਹਾਂ, ਪਰ ਜਦੋਂ ਉਹ ਸਿਆਸਤ ਦਾ ਚੱਕਰ ਖਤਮ ਹੋ ਜਾਂਦਾ, ਇਲੈਕਸ਼ਨ ਖਤਮ ਹੋ ਜਾਂਦੀ ਹੈ, ਉਦੋਂ ਫਿਰ ਮੈਂ ਇਸ ਤਰ੍ਹਾਂ ਨਹੀਂ ਕਰਦਾ ਵੀ ਹਰ ਇੱਕ ਚੀਜ਼ ਉਸਨੂੰ ਇੱਕ ਬਾਇਸ ਤਰੀਕੇ ਨਾਲ ਦੇਖੀ ਜਾਵੇ। ਮੈਂ ਇਹ ਮਹਿਸੂਸ ਕਰਦਾ ਹੈ ਕਿ ਪਹਿਲੀ ਗੱਲ ਤਾਂ ਸਾਨੂੰ ਜਿਹੜਾ ਗ੍ਰੈਟੀਚਿਊਡ ਹੈ ਨਾ ਉਹ ਇੱਥੋਂ ਦੇ ਸਿਸਟਮ ਦੇਣਾ ਚਾਹੀਦਾ ਕਿ ਜਿਹੜੇ ਸਿਸਟਮ ਨੇ ਇਹ ਲੋਕਾਂ ਨੂੰ ਇੰਨੀ ਤਾਕਤ ਦਿੱਤੀ ਹੋਈ ਹੈ ਕਿ ਜਿਹੜਾ ਵੀ ਕੋਈ ਅਨਫੇਅਰ ਜਾਂ ਜਿਹੜੀ ਗਵਰਨੈਂਸ ਅੱਛੀ ਨਹੀਂ ਹੁੰਦੀ ਜਾਂ ਉਹਨਾਂ 'ਚ ਈਗੋ ਆ ਜਾਂਦੀ ਹੈ ਜਾਂ ਉਹਨਾਂ 'ਚ ਥੋੜ੍ਹੀ ਜਿਹੀ ਜਿਹੜੀਆਂ ਗੱਲਾਂ ਕਹਿੰਦੇ ਨੇ ਉਹ ਨਹੀਂ ਕਰਦੇ, ਤੇ ਕੋਈ ਵੀ ਪਾਰਟੀ ਹੋਵੇ ਭਾਵੇਂ ਮੇਰੀ ਹੋਵੇ ਕੋਈ ਹੋਰ ਹੋਵੇ, ਜਦੋਂ ਲਗਾਤਾਰ 15-15 ਸਾਲ ਪਾਰਟੀਆਂ ਰਹਿ ਜਾਂਦੀਆਂ ਉਹਨਾਂ ਦੇ ਵਿੱਚ ਇੱਕ ਚੀਜ਼ ਐਸੀ ਆ ਜਾਂਦੀ ਹੈ ਕਿ ਉਹ ਫਿਰ ਉਹ ਲੋਕਾਂ ਨੂੰ ਉਹਨਾਂ ਦੀ ਬੋਲ ਲੱਗ ਜਾਂਦੀ ਹੈ। ਤੇ ਇਸ ਕਰਕੇ ਇਸੇ ਤਰ੍ਹਾਂ ਹੀ ਇੱਥੇ ਹੋਇਆ, ਜਿਹੜੀ ਲਿਬਰਲ ਪਾਰਟੀ ਸੀ ਉਹਨਾਂ ਨੇ ਪਿਛਲੇ 15 ਸਾਲਾਂ ਦੇ ਵਿੱਚ ਜਿਹੜੇ ਮਗਲੇ ਖਾਸ ਕਰਕੇ ਜਿਹੜੇ 5-10 ਸਾਲ ਸੀਗੇ ਉਹਨਾਂ ਵਿੱਚ ਬਹੁਤ ਜ਼ਿਆਦਾ ਲੋਕਾਂ ਦੇ ਉੱਤੇ ਕਰਜ਼ਾ ਚੜ੍ਹਾ ਤਾ, ਤੇ ਲੋਕਾਂ ਨੇ ਉਹ ਆਪਣਾ ਫਤਵਾ ਦਿੱਤਾ ਕਿ ਅਸੀਂ ਤੁਹਾਨੂੰ ਇਸ ਵਕਤ ਲਾਉਣਾ ਹੈ। ਤੇ ਉਹਨਾਂ ਨੇ ਜਿਹੜੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਬੜੀ ਐਕਚੁਲੀ ਬਹੁਤ ਸੋਹਣਾ ਐਕਚੁਲੀ ਜਿਹੜੀ ਆਪਣੀ ਇਕੁਏਸ਼ਨ ਜਿਹੜੀ ਹੋਈ ਹੈ ਜਿਹੜੀ ਵੀ ਡਾਇਨਾਮਿਕਸ ਪਲੇ ਕੀਤੀ ਹੈ, ਉਹਨਾਂ ਨੇ ਲੋਕਾਂ ਨੇ ਕੈਂਪੇਨ ਦੇ ਦੌਰਾਨ ਇਹ ਦੱਸਿਆ ਕਿ ਅਸੀਂ NDP ਨੂੰ ਵੀ ਚਾਂਸ ਦੇ ਸਕਦੇ ਹਾਂ ਤੇ ਕੰਜ਼ਰਵੇਟਿਵ ਪਾਰਟੀ ਨੂੰ ਵੀ ਅਸੀਂ ਚਾਂਸ ਦੇ ਸਕਦੇ ਹਾਂ ਜੀ। ਜਦੋਂ ਇੱਕ ਟਾਈਮ ਦੇ ਆ ਕੇ ਇਲੈਕਸ਼ਨ ਦੇ ਰਿਜ਼ਲਟ ਤੋਂ ਤਕਰੀਬਨ ਵੋਟਿੰਗ ਡੇ ਤੋਂ 2 ਹਫ਼ਤੇ ਪਹਿਲਾਂ NDP ਨੂੰ ਲੋਕੀ ਚਾਂਸ ਦੇਈ ਬੈਠੇ ਸੀਗੇ, ਉਹ ਬਿਲਕੁਲ ਉਹਨਾਂ ਦੇ ਬਰਾਬਰ ਸੀ, ਉਹਨਾਂ ਤੋਂ 1-2% ਉੱਪਰ ਆਏ ਸੀ। ਪਰ ਉਹ ਆਉਣ ਦੇ ਨਾਲ ਕੀ ਹੋਇਆ, NDP ਦੇ ਜਿਹੜੀ ਲੀਡਰਸ਼ਿਪ ਸੀ ਉਹ ਫਿਰ ਫੋਕਸ ਦੇ ਵਿੱਚ ਆ ਗਈ। ਜਦੋਂ ਉਹ ਫੋਕਸ 'ਚ ਆ ਗਈ ਤਾਂ ਫਿਰ ਜਦੋਂ ਤੁਸੀਂ ਲੀਡ ਕਰ ਰਹੇ ਹੋ ਤਾਂ ਤੁਸੀਂ ਲੀਡ ਕਰਨ ਉਹਦੇ ਵਾਸਤੇ ਐਨਰਜੀ ਤੇ ਮੋਮੈਂਟਮ ਹੋਰ ਲੋੜ ਹੈ, ਤੇ ਜੇ ਤੁਸੀਂ ਕਿਸੇ ਦਾ ਪਿੱਛਾ ਕਰਦੇ ਹੋ ਉਹਦੇ ਵਾਸਤੇ ਐਨਰਜੀ ਤੇ ਮੋਮੈਂਟਮ ਹੋਰ ਦੀ ਲੋੜ ਹੈ। ਉਹਨਾਂ ਕੋਲ ਉਹ ਐਨਰਜੀ ਤੇ ਮੋਮੈਂਟਮ ਪਾਇਆ ਨਹੀਂ ਗਿਆ ਤੇ ਉਹਨਾਂ ਦੇ ਵਿੱਚ ਆਲਰੇਡੀ ਇੱਕ ਕਿਸਮ ਦੀ ਜਿਵੇਂ ਨਾ ਬੁਲੀ ਕਰਨ ਦਾ ਆ ਗਿਆ ਵੀ ਅਸੀਂ ਆਹ ਕਰਾਂਗੇ, ਅਸੀਂ ਆਹ ਕਰਾਂਗੇ, ਅਸੀਂ ਆਹ ਕਰ ਦਿਆਂਗੇ। ਉਹ ਥੋੜ੍ਹਾ ਜਿਹਾ ਜਦੋਂ ਫਾਈਨਲ ਡਿਬੇਟ ਦੇ ਵਿੱਚ ਕੀ ਹੋਇਆ, NDP ਦੀ ਜਿਹੜੀ ਲੀਡਰ ਸੀਗੀ ਉਹ ਆਲਰੇਡੀ ਬੜੀ ਕੌਕੀ ਜਿਹੀ ਲੱਗੀ ਤੇ ਉਹ ਬੜਾ ਇੰਟਰਸੈਪਟ ਕਰਦੀ ਸੀ, ਇੰਟਰਜੈਕਟ ਕਰਦੀ ਸੀ ਦੂਸਰਿਆਂ ਦੀਆਂ ਗੱਲਾਂ ਦੇ ਵਿੱਚ, ਹਮੇਸ਼ਾ ਉਹਨਾਂ ਤੇ ਹੱਸਦੀ ਸੀ। ਉਹ ਲੋਕਾਂ ਨੂੰ ਉਹ ਚੀਜ਼ ਚੰਗੀ ਨਹੀਂ ਲੱਗੀ ਤੇ ਉਹਨਾਂ ਨੇ ਇਹ ਸੋਚਿਆ ਵੀ ਨਹੀਂ, ਇਹ ਪਾਰਟੀ ਨੂੰ ਅਸੀਂ ਚਾਂਸ ਨਹੀਂ ਦੇਣਾ, ਇਹਨਾਂ ਕੋਲ ਹਲੇ ਐਕਸਪੀਰੀਅੰਸ ਵੀ ਹੈ ਨਹੀਂ ਗਾ, ਇਹ ਆਲਰੇਡੀ ਆਪਣਾ ਮੂਡ ਜਿਹਾ ਚੇਂਜ ਕਰੀ ਸਕਦੇ ਨੇ। ਦੈਨ ਦੇ ਸਲੋਲੀ ਸਲੋਲੀ ਜੈਂਟਲੀ ਦੇ ਸ਼ਿਫਟਡ ਟੂ ਜਿਹੜੀ ਕਿ ਐਕਸਪੀਰੀਅੰਸ ਵਾਲੀ ਪਾਰਟੀ, ਜਿਹਦੇ ਵਿੱਚ ਪਿੱਛੇ ਕਾਫੀ ਬੰਦੇ ਨੇ ਤੇ ਇੱਕ ਮੂਹਰੇ ਜਿਹੜਾ ਬੰਦਾ ਹੈਗਾ ਉਹ ਐਸਾ ਬੰਦਾ ਹੈ ਜਿਹੜਾ ਕਿ ਪਬਲਿਕ ਦੇ ਨਾਲ ਕਨੈਕਟਡ ਹੈ, ਨੋਰਮਲ ਬੰਦਾ ਹੈ। ਨੋਰਮਲ ਜਿਹੜੀਆਂ ਲੋਕਾਂ ਨੂੰ ਪ੍ਰੋਬਲਮ ਨੇ ਆਪਣੇ ਘਰਾਂ ਵਿੱਚ, ਆਪਣੇ ਫੈਮਿਲੀ ਵਿੱਚ, ਉਹ ਜਿਹੀਆਂ ਪ੍ਰੋਬਲਮ ਉਹਨੂੰ ਵੀ ਹੈਗੀਆਂ ਨੇ, ਤੇ ਉਹ ਕਰਕੇ ਉਹਨਾਂ ਨੇ ਉਹੋ ਜਿਹਾ ਬੰਦਾ ਚੂਜ਼ ਕੀਤਾ। ਤੁਸੀਂ ਗੱਲ ਕਰ ਰਹੇ ਹੋ ਮਿਸਟਰ ਡਗ ਫੋਰਡ ਦੀ, ਰਾਈਟ? ਡਗ ਫੋਰਡ ਦੀ ਹੈ ਜੀ। ਡਗ ਫੋਰਡ ਸ਼ੇਖੀ ਨਾ ਇਹ ਫੈਮਿਲੀ ਬੜੀ ਨੋਨ ਫੈਮਿਲੀ ਹੈ, ਇਹਨਾਂ ਦਾ ਜਿਹੜਾ ਬ੍ਰਦਰ ਸੀਗਾ ਰਾਬ ਫੋਰਡ ਜੀ, ਰਾਬ ਫੋਰਡ ਟੋਰਾਂਟੋ ਦਾ ਮੇਅਰ ਰਿਹਾ ਤੇ ਉਹਦੇ ਵਿੱਚ ਆਪਣੀਆਂ, ਦੇਖੋ ਇਹਨਾਂ ਇਹ ਫੈਮਿਲੀ ਫੋਰਡ ਦੀ ਫੈਮਿਲੀ ਐਸੀ ਹੈ ਕਿ ਇਹਨਾਂ ਵਿੱਚ ਖਾਮੀਆਂ ਆਪਣੇ ਪਰਸਨਲ ਜਿਹੜਾ ਉਹਨਾਂ ਦਾ ਚੀਜ਼ਾਂ ਉਹਦੇ ਵਿੱਚ ਹੋ ਸਕਦੀਆਂ ਹੈਗੀਆਂ। ਜਿਵੇਂ ਇਹ ਫੋਰਡ ਜਿਹੜਾ ਹੈਗਾ ਇਹ ਟਿਪੀਕਲ ਪੋਲੀਟੀਕਲ ਬੰਦਾ ਨਹੀਂ ਹੈਗਾ ਵੀ ਇਹ ਹਰ ਇੱਕ ਚੀਜ਼ ਇਸ ਤਰ੍ਹਾਂ ਅੱਡੀ ਟੱਪਾ ਖੇਡ ਕੇ ਕਹੂਗਾ, ਜਿਵੇਂ ਕੋਈ ਸਿਆਸੀ ਬੰਦੇ ਕਹਿੰਦੇ ਹੁੰਦੇ ਵੀ ਕੋਈ ਉਹਦਾ ਮਤਲਬ ਨਾ ਨਿਕਲੇ ਭਾਵੇਂ 5 ਮਿੰਟ ਗੱਲ ਕਰਦੇ ਨਹੀਂ, ਉਹਦਾ ਕੋਈ ਮਤਲਬ ਨਹੀਂ ਹੈ, ਇਹਨਾਂ ਨੇ ਬੜੀ ਸਿੱਧੀ ਗੱਲ ਕਰਨੀ ਹੈ। ਤੇ ਜਿਹੜਾ ਇਹਦਾ ਬ੍ਰਦਰ ਸੀਗਾ ਉਹ ਵੀ ਇਹ ਸੀਗਾ ਵੀ ਉਹਨੇ ਉਹਦੇ 'ਚ ਆਪਣੀਆਂ ਡਰੱਗ ਦੇ ਇਸ਼ੂ ਇਹ ਚੀਜ਼ਾਂ ਉਹਦੇ ਆਪਣੇ ਸੀਗੇ, ਪਰ ਉਹਨੇ ਉਹ ਇਹ ਫੈਮਿਲੀ ਕਰਪਟ ਨਹੀਂ ਹੈ, ਇਹ ਨੋਨ ਫਰ ਦੈਟ ਵੀ ਇਹ ਲੋਕਾਂ ਦਾ ਜਿਹੜਾ ਪੈਸਾ ਇਹਨਾਂ ਧਿਆਨ ਨਾਲ ਵਰਤਦੇ ਤੇ ਅਮੀਰ ਫੈਮਿਲੀ ਹੈ ਤੇ ਇਹਨਾਂ ਨੇ ਆਪਣੀ ਕਦੇ ਪੇ ਨਹੀਂ ਲਈ। ਅੱਗੇ ਅੱਗੇ ਵੀ ਜਿਹੜੀ ਇਹਨਾਂ ਨੇ ਕੌਂਸਲ ਦੇ ਵਿੱਚ ਜਾਂ ਮੇਅਰ ਦੀ ਜਿਹੜੀ ਕੀਤੀ, ਇਹਨਾਂ ਨੇ 1 ਪੈਸਾ ਨਹੀਂ ਲਿਆ। ਇਸ ਬੰਦੇ ਨੇ ਵੀ 4 ਸਾਲ ਸਰਵਿਸ ਕੀਤੀ ਹੈ ਪਹਿਲਾਂ ਕੌਂਸਲ ਦੇ ਵਿੱਚ, ਤਾਂ ਇਹਨੇ 4,73,000 ਦੀ ਫ੍ਰੀ ਸਰਵਿਸ ਕੀਤੀ ਹੈ। ਸੋ ਇਸ ਕਰਕੇ ਦੇ ਆਰ ਨੋਨ ਫਰ ਵੀ ਦੀਜ਼ ਆਰ ਪੀਪਲਸ ਪੀਪਲ, ਇਹ ਲੋਕਾਂ ਦਾ ਜਿਹੜਾ ਪੈਸਾ ਜਿਵੇਂ ਇਸ ਤਰ੍ਹਾਂ ਮਹਿਸੂਸ ਕਰ ਰਹੀ ਹੈ ਪਬਲਿਕ ਵੀ ਜਿਹੜੀ ਉਹ ਪਾਰਟੀ ਸੀ ਨਾ ਵੀ ਪੀਪਲ ਆਰ ਲਾਈਨਿੰਗ ਅਪ ਦੇਅਰ ਓਨ ਪਾਕਟਸ, ਜਿਹੜੇ ਪਾਵਰਫੁਲ ਪੋਲੀਟੀਸ਼ੀਅਨ ਜਿਹੜੇ ਡਿਸੀਜ਼ਨ ਮੇਕਰ ਨੇ ਉਹਨਾਂ ਦੇ ਆਸੇ ਪਾਸੇ ਫਿਰ ਤੁਰ ਕੇ ਉਹ ਜਿਹੜੀ ਪਾਰਟੀ ਹੈ ਉਹ ਖਤਮ ਹੋ ਗਈ ਹੈ। ਹੁਣ ਇਹ ਇੱਕ ਨਿਊ ਐਰਾ ਆ ਗਿਆ, 300
ਕਿ ਜਿਹੜੀ ਦੁਨੀਆ ਦੇ ਵਿੱਚੋਂ ਜਿਹੜੀ ਇੱਕ ਸਬ ਗਵਰਨਮੈਂਟ ਹੈ ਉਹਦੇ ਉੱਤੇ ਸਭ ਤੋਂ ਜ਼ਿਆਦਾ ਪਰ ਕੈਪੀਟਾ ਕਰਜ਼ਾ ਹੈਗਾ। ਕੈਲੀਫੋਰਨੀਆ ਨਾਲੋਂ ਵੀ ਬਹੁਤ ਜ਼ਿਆਦਾ ਹੈ, ਨਾਲੇ ਸਾਡੀ ਪਾਪੂਲੇਸ਼ਨ ਉਹਨਾਂ ਨਾਲੋਂ 1/3 ਵੀ ਨਹੀਂ ਹੋਣੀ। ਅਤੇ ਅਸੀਂ $33 million ਹਰ ਰੋਜ਼ ਦਾ ਜਿਹੜਾ ਉਹਦੇ ਵਿਆਜ ਦਿੰਦੇ ਹਾਂ ਉਸ ਕਰਜ਼ੇ ਦੇ ਉੱਪਰ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੋਕਾਂ ਨੇ ਮੱਦੇਨਜ਼ਰ ਰੱਖਦੇ ਹੋਏ ਇਹ ਦੂਸਰੀਆਂ ਪਾਰਟੀਆਂ ਨੂੰ ਨਕਾਰ ਕੇ ਅਤੇ PC ਨੂੰ ਆਪਣੀ ਵਾਗਡੋਰ ਦਿੱਤੀ ਹੈ। ਸੋ ਨੈਟ ਸ਼ੈਲ ਦੇ ਵਿੱਚ ਜਿਹੜੇ ਸੇਫ ਟੂ ਸੇ, ਕਿਉਂਕਿ ਜਿਹੜੀਆਂ 3 ਕੈਂਡੀਡੇਟ ਹੈਡ ਕਰ ਰਹੇ ਸੀਗੇ ਆਪਣੀ ਆਪਣੀ ਪਾਰਟੀ ਨੂੰ, ਉਹਦੇ 'ਚ ਮਿਸਟਰ ਫੋਰਡ ਦੀ ਜਿਹੜੀ ਸ਼ਖਸੀਅਤ ਹੈ ਉਹਨੇ, ਅਤੇ ਸਟੇਟ ਦਾ ਜਾਂ ਪ੍ਰੋਵਿੰਸ ਦਾ ਕਰਜ਼ਾਈ ਹੋਣਾ ਉਹ, ਅਤੇ ਵਿਰੋਧੀ ਪਾਰਟੀਆਂ ਦੀ ਟੌਂਟਬਾਜ਼ੀ, ਇਹ ਸਾਰਾ ਫੈਕਟਰ ਜਿਹੜੇ ਪਲੇ ਕੀਤੇ ਨੇ ਅਖੀਰਲੇ ਦਿਨਾਂ ਦੇ ਵਿੱਚ ਆ ਕੇ। ਸੋ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਇਮੀਗ੍ਰੇਟਡ ਫੈਮਲੀਜ਼ ਨੇ ਜਾਂ ਬਾਹਰਲੇ ਦੇਸ਼ਾਂ ਦੇ ਆ ਕੇ ਲੋਕ ਵਸਦੇ ਨੇ, ਚਾਈਨੀਜ਼, ਪਾਕਿਸਤਾਨੀ, ਇੰਡੀਅਨਸ, ਉਹਨਾਂ ਨੇ ਆਲਮੋਸਟ ਜਿਹੜੀਆਂ ਇਹਨਾਂ ਨੂੰ 45% ਸੀਟਾਂ ਜਿੱਤ ਕੇ ਨਾ ਝੋਲੀ ਪਾਈਆਂ ਨੇ। ਮੈਂ ਇਹ ਮਹਿਸੂਸ ਕਰਦਾ
ਇੱਥੇ ਸਿਆਸਤ ਦੇ ਵਿੱਚ ਇਹਨੂੰ ਜਿੰਨਾ ਵੀ ਸੈਕੂਲਰ ਰੱਖਿਆ ਜਾਏਗਾ ਉਹਨਾਂ ਦੇਸ਼ ਵਾਸਤੇ ਵਧੀਆ ਹੋਏਗਾ ਤੇ ਕਮਿਊਨਿਟੀਆਂ ਦੇ ਵਾਸਤੇ ਕਲੈਕਟਿਵਲੀ ਵਧੀਆ ਰਹੇਗਾ। ਜੇ ਅਸੀਂ ਧਰਮ ਜਾਂ ਜਿਹੜੀ ਆਪਣੀ ਦਿੱਖ ਹੈਗੀ ਆ, ਜਿਹੜਾ ਆਪਣਾ ਪਹਿਰਾਵਾ ਹੈਗਾ, ਉਹਨੂੰ ਯੂਜ਼ ਕਰਕੇ ਲੋਕਾਂ ਨੂੰ ਇਮੋਸ਼ਨਲੀ ਵੀ ਥੋੜ੍ਹਾ ਜਿਹਾ ਧਾਰਮਿਕ ਇਨਵੋਲਵ ਕਰਕੇ ਅਸੀਂ ਜਦੋਂ ਉਹਨਾਂ ਦੀਆਂ ਵੋਟਾਂ ਲੈਣ ਲੱਗ ਜਾਈਏ ਤਾਂ ਫਿਰ ਅਸੀਂ ਥੋੜ੍ਹਾ ਜਿਹਾ ਜਿਹੜਾ ਅਸਲੀ ਜਿਹੜਾ ਕੰਮ ਹੈ ਉਦੋਂ ਜਿਹੜਾ ਜਿਹੜੇ ਮੁਲਕ ਇਹ ਮੁਲਕ ਜਿਹਨਾਂ ਚੀਜ਼ਾਂ ਵਾਸਤੇ ਜਾਣੇ ਜਾਂਦੇ ਨੇ ਉਹਨਾਂ ਤੋਂ ਅਸੀਂ ਥੋੜ੍ਹਾ ਜਿਹਾ ਫਿਰ ਪਰੇ ਹਟ ਜਾਂਦੇ ਹਾਂ ਤੇ ਉਹਦੇ ਨਾਲ ਸਿਆਸਤ ਥੋੜ੍ਹੀ ਜਿਹੀ ਮਾੜੇ ਤਰੀਕੇ ਨਾਲ ਵੀ ਸਕੀ ਹੋ ਸਕਦੀ ਹੈ। ਤੇ ਇਹ ਅੱਗੇ ਹੁਣ ਆਉਣ ਵਾਲੇ ਸਮੇਂ ਵਿੱਚ ਦੇਖਿਆ ਜਾਏਗਾ ਵੀ ਇਹ ਇਸ ਚੀਜ਼ ਦਾ ਕਿੰਨਾ ਕੁ ਪ੍ਰਭਾਵ ਪੈਂਦਾ, ਪਰ ਬੈਸਟ ਜਿਹੜੀ ਹੈ ਵੀ ਜਿਹੜੀ ਕ੍ਰੈਡਿਟ ਗੋਜ਼ ਟੂ ਦ ਸਪਿਰਿਟ ਆਫ ਕੈਨੇਡਾ, ਜਿਹੜੀ ਕਿ ਐਸੀ ਸਪਿਰਿਟ ਹੈ ਕਿ ਉਹ ਲੋਕਾਂ ਨੂੰ ਇੰਪਾਵਰ ਕਰਦੀ ਹੈ ਜਦੋਂ ਵੀ ਕੋਈ ਚੇਂਜ ਲਿਆਉਣੀ ਆ ਉਹ ਆਪਣੀ ਮਰਜ਼ੀ ਦੇ ਨਾਲ, ਕਿਉਂਕਿ ਇੱਥੇ ਤੁਹਾਨੂੰ ਵੀ ਪਤਾ ਹੈ ਜਿਹੜੀ ਰੋਜ਼ੀ ਰੋਟੀ ਲੋਕਾਂ ਦੀ ਨਾ ਤਾਂ ਸਿਆਸਤਦਾਨਾਂ ਦੇ ਉੱਤੇ ਡਿਪੈਂਡ ਹੈ ਨਾ ਕਿਸੇ ਹੋਰ ਇੱਥੇ ਸਿਸਟਮ ਤੇ ਡਿਪੈਂਡ ਹੈ, ਉਹ ਆਪਣੀ ਮਿਹਨਤ ਦੇ ਉੱਤੇ ਡਿਪੈਂਡ ਹੈ। ਉਹ ਹੋਣ ਕਰਕੇ ਲੋਕੀ ਬੜਾ ਆਪਣਾ ਜਿਹੜਾ ਡਿਸੀਜ਼ਨ ਹੈ ਉਹ ਇੰਡੀਪੈਂਡੈਂਟ ਤੌਰ ਤੇ ਬਣਾ ਸਕਦੇ ਆ। ਤੇ ਜੇ ਅੱਗੇ ਦੇਖਿਆ ਜਾਏਗਾ ਅੱਗੇ ਤੋਂ ਇਹਨਾਂ ਨੂੰ ਜਿਹੜੀ ਜਗਮੀਤ ਦੀ ਗੱਲ ਜੇ ਅੱਛੀ ਲੱਗਦੀ ਹੈ ਤਾਂ ਉਦੋਂ ਵੀ ਹੋਰ ਜ਼ਿਆਦਾ ਪੱਕਾ ਦੇਣਗੇ, ਜੇ ਉਹਨੂੰ ਲੱਗਦਾ ਵੀ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਧਰਮ ਨੂੰ ਜ਼ਿਆਦਾ ਮੂਹਰੇ ਲੈ ਕੇ ਆਉਂਦੇ ਨੇ ਤੇ ਹੋ ਸਕਦਾ ਉਹ ਦੂਸਰੇ ਪਾਸੇ ਵੀ ਜਾ ਸਕਦੀ ਹੈ। ਇੱਕ ਰਿਮੇਨਸ ਵੀ ਸੀ, ਤੁਸੀਂ ਮੇਰੇ ਬਹੁਤ ਸਾਰੇ ਸਵਾਲਾਂ ਦਾ ਜਵਾਬ ਆਪਣੇ ਆਪ ਹੀ ਦਿੱਤਾ, ਇਸੇ ਕਰਕੇ ਮੈਂ ਕਹਿੰਦਾ ਕਿ ਯੂ ਆਰ ਅ ਵੈਰੀ ਲਰਨਡ ਐਂਡ ਐਕਸਪੀਰੀਅੰਸਡ ਮੈਨ, ਖਾਸ ਤੌਰ 'ਤੇ ਪੋਲੀਟੀਕਲ ਦੇ ਵਿੱਚ ਫੀਲਡ ਦੇ ਵਿੱਚ ਤੁਸੀਂ ਕਾਫੀ ਬਾਹਰ ਹੋ, ਆਪਣੀ ਗੱਲਬਾਤ ਹੁੰਦੀ ਰਹਿੰਦੀ ਹੈ ਇਸ ਵਿਸ਼ੇ 'ਤੇ, ਕਿਉਂਕਿ 2019 ਦੇ ਵਿੱਚ ਅਕਤੂਬਰ ਦੇ ਵਿੱਚ ਤੁਹਾਡੀਆਂ ਜਿਹੜੀਆਂ ਫੈਡਰਲ ਇਲੈਕਸ਼ਨ ਆਉਣੀਆਂ ਨੇ ਉਹਦੇ ਬਾਰੇ ਇੱਕ ਬਹੁਤ ਵੱਡਾ ਸਵਾਲ ਆਪਣੀ ਕਮਿਊਨਿਟੀ ਦੇ ਅੱਗੇ ਖੜਾ ਹੋ ਗਿਆ ਸੀ ਕਿ ਕੀ ਜਗਮੀਤ ਸਿੰਘ ਨੂੰ ਸਿੰਘ ਹੋਣ ਦੇ ਨਾਤੇ ਪੰਜਾਬੀ ਕਮਿਊਨਿਟੀ ਵੋਟ ਪਾਏਗੀ ਜਾਂ ਇੱਕ ਵਧੀਆ ਕੈਂਡੀਡੇਟ ਹੋਣ ਦੇ ਨਾਤੇ। ਪਰ ਤੁਸੀਂ ਬਹੁਤ ਸੋਹਣਾ ਜਿਹੜਾ ਇਸ ਚੀਜ਼ ਦਾ ਜਵਾਬ ਦਿੱਤਾ, ਐਂਡ ਆਈ ਵਾਂਟ ਟੂ ਥੈਂਕ ਯੂ ਫਰੋਮ ਮਾਈ ਸਾਈਡ ਐਂਡ ਆਲ ਮਾਈ ਵਿਊਜ਼, ਕਿ ਇਹ ਤੋਂ ਵਧੀਆ ਜਵਾਬ ਮੈਨੂੰ ਨਹੀਂ ਮਿਲ ਸਕਦਾ। ਥੈਂਕ ਯੂ ਬ੍ਰਦਰ। ਇਹਨੂੰ ਸਾਨੂੰ ਦੇਖੋ, ਮੈਂ ਮਹਿਸੂਸ ਕਰਦਾ ਹੁੰਦਾ ਕਿ ਕੋਈ ਵੀ ਚੀਜ਼ ਜ਼ਿੰਦਗੀ ਦੇ ਵਿੱਚ ਜਿਹੜੀ ਤੁਹਾਡੀ ਇੱਕ ਐਸੈਟ ਬਣ ਕੇ ਆਈ ਹੈ, ਉਹ ਜੇ ਉਹਨੂੰ ਤੁਸੀਂ ਬੜੇ ਸੁਹਿਰਦ ਤੇ ਪ੍ਰੋਫੈਸ਼ਨਲ ਤੇ ਚੰਗੇ ਤਰੀਕੇ ਨਾਲ ਨਹੀਂ ਵਰਤੋਂਗੇ ਤਾਂ ਉਹ ਤੁਹਾਡੀ ਲਾਇਬਿਲਿਟੀ ਵੀ ਬਣ ਸਕਦੀ ਹੈ। ਠੀਕ ਹੈ, ਤੋ ਇਸ ਕਰਕੇ ਜਿਹੜਾ ਧਰਮ ਜਿਹੜਾ ਹੈਗਾ ਇਹ ਤੁਹਾਡਾ ਇੱਕ ਐਸੈਟ ਹੈ, ਜਿਹੜੇ ਸਾਡੇ ਧਰਮ ਦੇ ਅਸੂਲ ਨੇ ਉਹ ਮੇਰੇ ਐਸੈਟ ਨੇ ਨਾ। ਉਹ ਮੈਨੂੰ ਇੱਥੋਂ ਦਾ ਬਹੁਤ ਵਧੀਆ ਚੰਗਾ ਸ਼ਹਿਰੀ ਤੇ ਚੰਗੀ ਸਿਆਸਤ ਕਰਨ ਨੂੰ ਪ੍ਰੇਰਿਤ ਕਰਦਾ ਹੈ। ਪਰ ਜੇ ਅਸੀਂ ਉਸ ਨੂੰ ਆਪਣੀ ਪਰਸਨਲ ਡਿਵੈਲਪਮੈਂਟ ਵਾਸਤੇ ਯੂਜ਼ ਕਰਨ ਲੱਗ ਜਾਂਗੇ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜਾਂ ਸਿਆਸਤ ਵਿੱਚ ਕਿਵੇਂ ਕਾਮਯਾਬ ਹੋ ਸਕਦਾ, ਭਾਵੇਂ ਉਹ ਕੰਮ ਹੋਵੇ, ਭਾਵੇਂ ਬਿਜ਼ਨਸ ਹੋਵੇ, ਭਾਵੇਂ ਸਿਆਸਤ ਹੋਵੇ, ਭਾਵੇਂ ਸੋਸ਼ਲ ਤੁਹਾਡਾ ਜਿਹੜਾ ਸਟਰਕਚਰ ਹੋਵੇ ਉਹਦੇ ਵਿੱਚ ਜੇ ਤੁਸੀਂ ਉਹਨੂੰ ਯੂਜ਼ ਕਰਨ ਲੱਗ ਜਾਓ ਫਿਰ ਉਹ ਤੁਹਾਡਾ ਇੱਕ ਲਾਇਬਿਲਿਟੀ ਬਣ ਜਾਂਦੀ ਹੈ ਕੋਲੈਕਟਿਵਲੀ ਸਾਰੀ ਕਮਿਊਨਿਟੀ ਵਾਸਤੇ। ਤੇ ਮੈਂ ਇਹ ਮਹਿਸੂਸ ਕਰਦਾ ਕਿ ਇਹਨਾਂ ਨੂੰ ਜਿੱਥੇ ਤੱਕ ਪਹੁੰਚਦੀਆਂ ਨੇ ਇਸ ਤਰ੍ਹਾਂ ਉਸ ਤਰ੍ਹਾਂ ਤਾਂ ਠੀਕ ਹੈ, ਪਰ ਇਹਨੂੰ ਜੇ ਜ਼ਿਆਦਾ ਦੇਰ ਇਹ ਚੱਪੂ ਚਲਾਈ ਜਾਣਗੇ ਧਰਮ ਦਾ ਤਾਂ ਆਪਣੇ ਪਹਿਰਾਵੇ ਦਾ ਜਾਂ ਇਹ ਚੀਜ਼ਾਂ ਦਾ ਉਹਦੇ ਨਾਲ ਸਾਨੂੰ ਕਈ ਵਾਰੀ ਫਿਰ ਨੁਕਸਾਨ ਵੀ ਹੋ ਸਕਦਾ। ਤੇ ਇਹ ਮੈਂ ਇਸ ਗੱਲ ਤੋਂ ਚਿੰਤਿਤ ਵੀ ਹਾਂ ਤੇ ਕਿਉਂਕਿ ਲੋਕੀ ਬਹੁਤ ਕਈ ਵਾਰੀ ਹਰ ਇੱਕ ਬੰਦਾ ਇੰਨਾ ਡੀਪਲੀ ਨਹੀਂ ਦੇਖਦਾ ਹੁੰਦਾ ਤੇ ਇਹ ਜਿਹੜਾ ਇਹ ਚੀਜ਼ ਆਪਾਂ ਨੂੰ ਸਾਰਿਆਂ ਨੂੰ ਵਿਚਾਰ ਕਰਨਾ ਚਾਹੀਦਾ। ਪਰ ਮੈਂ ਇਹ ਮਹਿਸੂਸ ਕਰਦਾ ਮੈਂ ਭਾਵੇਂ ਇੱਕ ਪਾਰਟੀ ਵਿੱਚ ਹੈਗਾ ਪਰ ਮੇਰੇ ਵਿੱਚ ਇੰਨਾ ਮਾਦਾ ਹੈਗਾ ਕਿ ਮੈਂ ਹਰ ਇੱਕ ਪਾਰਟੀ ਵਿੱਚ ਚੰਗੇ ਬੰਦੇ ਦਾ ਸ਼ਮੂਲੀਅਤ ਨੂੰ ਐਪਰੀਸ਼ੀਏਟ ਵੀ ਕਰ ਸਕਦਾ ਤੇ ਉਹਨੂੰ ਸਮੇਂ ਸਮੇਂ ਦੇ ਉੱਤੇ ਜਿਹੜੀਆਂ ਉਹ ਗੱਲਾਂ ਅੱਛੀਆਂ ਨੇ। ਜੇ ਹੁਣ ਮੈਂ ਜਗਮੀਤ ਨੇ ਸਭ ਤੋਂ ਜਿਹੜੀ ਵੱਡੀ ਗੱਲ ਜਗਮੀਤ ਦੇ ਆਉਣ ਦੇ ਨਾਲ ਇਹ ਹੋਈ ਹੈ ਕਿ ਜਿਹੜੇ ਸਿੱਖਾਂ ਦੇ ਕੋਈ ਵੀ ਇਸ਼ੂ ਹੈ, ਅੱਗੇ ਸਾਨੂੰ ਇਹ ਹੁੰਦਾ ਸੀ ਕੋਈ ਲੀਡਰ ਜਿਹੜਾ ਕਿਸੇ ਪਾਰਟੀ ਦਾ ਹੋਰ ਸੀ ਤਾਂ ਸਾਨੂੰ ਉਹਦੇ ਕੰਨ 'ਚ ਫੂਕ ਮਾਰਨ ਵਾਸਤੇ ਕੋਈ ਬੰਦਾ ਨਹੀਂ ਲੱਭਦਾ ਹੁੰਦਾ ਵੀ ਕਿਹੜੇ ਤਰੀਕੇ ਨਾਲ ਜਿਹੜੀ ਇਮੀਡੀਏਟਲੀ ਜਿਹੜੀ ਉਹ ਗੱਲ ਹੈ ਉਸਨੂੰ ਇੱਕ ਫੈਡਰਲ ਲੈਵਲ ਦੇ ਉੱਤੇ, ਨੈਸ਼ਨਲ ਲੈਵਲ ਤੇ, ਇੰਟਰਨੈਸ਼ਨਲ ਲੈਵਲ ਦੇ ਉੱਤੇ ਪਹੁੰਚਾਇਆ ਜਾ ਸਕੇ। ਹੁਣ ਸਾਡੇ ਕੋਲ ਜਗਮੀਤ ਰਾਹੀਂ ਇੱਕ ਐਸਾ ਐਵੀਨਿਊ ਹੈ ਕਿ 84 ਦੀ ਜਿਹੜੀ ਗੱਲ ਹੈ ਉਹ ਜਦੋਂ ਉਹ ਗੱਲ ਕਰੂਗਾ ਤਾਂ ਸਾਰੀ ਦੁਨੀਆ ਉਸ ਗੱਲ ਨੂੰ ਸੁਣੇਗੀ। ਸੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਫਾਇਦਾ ਵੀ ਬਹੁਤ ਜ਼ਿਆਦਾ ਹੈ, ਪਰ ਉਹਨਾਂ ਨੂੰ ਇਹ ਹੈ ਵੀ ਆਪਾਂ ਉਸ ਚੀਜ਼ ਨੂੰ ਉਹਨਾਂ 'ਚ ਇਸਤੇਮਾਲ ਕਰਦੇ ਰਹੀਏ ਕਿ ਜਿਹੜਾ ਕਿ ਅਸ ਉਹ ਫਾਇਦੇ ਦੇ ਰੂਪ 'ਚ ਰਹੇ, ਤੁਹਾਡੀ ਉਹ ਲਾਇਬਿਲਿਟੀ ਨਾ ਬਣ ਜਾਵੇ। ਅਤੇ ਇਹਨਾਂ ਚੀਜ਼ਾਂ ਕਰਨ ਦਾ ਆਪਾਂ ਨੂੰ ਕਰਨਾ ਚਾਹੀਦਾ, ਪੈਰ ਫੂਕ ਫੂਕ ਕੇ ਰੱਖਣਾ ਪਊਗਾ ਜੀ। ਔਰ ਇੱਕ ਚੀਜ਼ ਦਾ ਮੈਂ ਜਾਂਦਾ ਜਾਂਦਾ ਸਿਰਾ ਤੁਹਾਨੂੰ ਅਤੇ ਤੁਹਾਡੇ ਸਾਰੇ ਸਿੱਖ ਭਾਈਚਾਰੇ ਨੂੰ ਕਿੱਡਾ ਚੀਜ਼ 'ਚ ਤੁਸੀਂ ਫਸਦੇ ਹੋ, ਇਹ ਮੈਂ ਸਿਰਾ ਤੁਹਾਡੇ ਸਿਰ 'ਤੇ ਬੰਨ੍ਹਣਾ ਚਾਹੁੰਦਾ ਕਿ ਤੁਹਾਨੂੰ ਦੇਖ ਕੇ ਇਹ ਜਾਗ ਅਮੈਰੀਕਾ ਦੇ ਵਿੱਚ ਵੀ ਸਾਡੀ ਕਮਿਊਨਿਟੀ 'ਚ ਵੀ ਲੱਗਣ ਲੱਗ ਪਿਆ ਕਿ ਅਸੀਂ ਵੀ ਪੋਲੀਟੀਕਲੀ ਜਿਹੜੇ ਆ ਕਾਫੀ ਐਕਟਿਵ ਹੋਣਾ ਸ਼ੁਰੂ ਕਰ ਦਿੱਤਾ,
ਔਰ ਉਮੀਦ ਹੈ ਕਿ ਅਗਲੇ ਆਉਣ ਵਾਲੇ 5-10 ਸਾਲਾਂ ਦੇ ਵਿੱਚ ਤੁਸੀਂ ਰਿਜ਼ਲਟ ਦੇਖੋਗੇ। ਕਾਫੀ ਹੱਦ ਤੱਕ ਸਾਡੀ ਕਮਿਊਨਿਟੀ ਜਿਹੜੀ ਹੈ ਉਹ ਪੋਲੀਟੀਕਲੀ ਆਪਣੇ ਇਲੈਕਟਡ ਕੈਂਡੀਡੇਟਸ ਕੈਪੀਟਲ ਉੱਤੇ ਭੇਜੇਗੀ। ਧਾਲੀਵਾਲ ਸਾਹਿਬ ਬਹੁਤ ਹਾਂਜੀ, ਇਸ ਚੀਜ਼ ਉੱਤੇ ਮੇਰੀ ਬੇਨਤੀ ਇੱਕ ਇਹੀ ਹੋਏਗੀ ਲੋਕਾਂ ਨੂੰ ਵੀ ਦੁਨੀਆ ਦੇ ਵਿੱਚ ਜਾਂ ਕਿਸੇ ਵੀ ਬਿਜ਼ਨਸ ਵਿੱਚ ਵੀ ਚੰਗੇ ਐਥੀਕਲ ਪ੍ਰੋਫੈਸ਼ਨਲ ਸਿਆਣੇ ਸੁਹਿਰਦ ਲੋਕਾਂ ਨੂੰ ਪ੍ਰਮੋਟ ਕਰੋ, ਉਹਨਾਂ ਦੀ ਸਪੋਰਟ ਕਰੋ, ਇਸੇ ਤਰ੍ਹਾਂ ਸਿਆਸਤ ਵਿੱਚ ਕਰੋ ਕਿ ਜੇ ਤਾਂ ਹੀ ਆਪਣੀ ਕਮਿਊਨਿਟੀ ਨੂੰ ਚੰਗੀ ਲੀਡਰਸ਼ਿਪ ਮਿਲ ਸਕਦੀ ਹੈ। ਤੇ ਮੈਂ ਇਹ ਸਾਰਿਆਂ ਨੂੰ ਬੇਨਤੀ ਵੀ ਕਰਾਂਗਾ ਤੇ ਪਰਮਾਤਮਾ ਅੱਗੇ ਅਰਦਾਸ ਵੀ ਕਰਾਂਗਾ ਤੇ ਸਾਰਿਆਂ ਨੂੰ ਇਹੀ ਅਸਮਰਥ ਬਖਸ਼ੇ ਕਿ ਅਸੀਂ ਸਿਰਫ਼ ਲੋਕਾਂ ਨੂੰ ਇਸ ਕਰਕੇ ਨਾ ਵੋਟਾਂ ਪਾਈਏ ਕਿ ਇਹਦੇ ਦਾੜੀ ਰੱਖੀ ਹੈ ਜਾਂ ਪੱਗ ਰੱਖੀ ਹੈ, ਉਹਨਾਂ ਦੀ ਜਿਹੜੀ ਕਾਬਲੀਅਤ ਨੂੰ ਸਭ ਤੋਂ ਪਹਿਲਾਂ ਦੇਖੀਏ। ਧਾਲੀਵਾਲ ਸਾਹਿਬ ਬਹੁਤ ਬਹੁਤ ਧੰਨਵਾਦ। ਇਸ ਉਮੀਦ ਦੇ ਨਾਲ ਮੈਂ ਜਾਂਚ ਚਾਹਾਂਗਾ ਕਿ ਆਪਾਂ ਸਮੇਂ ਸਮੇਂ 'ਤੇ ਗੱਲਬਾਤ ਕਰਦੇ ਰਹਾਂਗੇ ਜੀ। ਐਬਸੋਲੂਟਲੀ, ਥੈਂਕ ਯੂ ਵੈਰੀ ਮਚ, ਥੈਂਕ ਯੂ ਸਰ, ਸਤਿ ਸ਼੍ਰੀ ਅਕਾਲ। Hi, my name is Kuldeep Gill. I'm broker of Sky Realty. The reason we are so successful because client trust us. I've been doing this my whole life. My team is my wife, my office manager and my agents. We look forward to earn your business and we do speak your language. Thank you. Vijay Taneja of Elite Bollywood Entertainment Inc. and Velocity Commercial Investments Inc. present Dabang, the tour reloaded. I'm Salman Khan. Hi everyone, this is Katrina Kaif. See me live 6 July, Washington. At the Capital One Arena. But this time, Zara Swag is on. ਤੁਹਾਡਾ ਸਵਾਗਤ ਹੈ ਜੀ। ਮੈਂ ਤੁਹਾਡਾ ਆਪਣਾ ਆਗਿਆਪਾਲ ਸਿੰਘ ਬਾਠ, ਮੇਰੇ ਨਾਲ ਸਟੀਵਨ ਸਰਕਾਰੀਆ। ਅੱਜ ਦਾ ਆਪਣਾ ਇਹ ਪ੍ਰੋਗਰਾਮ ਇਜ਼ ਬੀਂਗ ਸਪੋਂਸਰਡ ਬਾਏ 5 ਤਾਰਾ ਰੈਸਟੋਰੈਂਟ, ਡੀਸਬਰਗ ਵਰਜੀਨੀਆ। ਬਹੁਤ ਵਧੀਆ ਖਾਣਾ, ਬਹੁਤ ਵਧੀਆ ਸਰਵਿਸ, ਸੋ ਪਲੀਜ਼ ਪੇ ਦੇਮ ਅ ਵਿਜ਼ਿਟ। ਸਰਕਾਰੀਆ ਸਾਹਿਬ, ਬਹੁਤ ਵਧੀਆ ਗੱਲ ਕੀਤੀ ਆਪਣਾ ਹਰੀ ਧਾਲੀਵਾਲ ਸਾਹਿਬ ਉਹਨਾਂ ਨੇ, ਆਪਣਾ ਹਰੇਕ ਪਹਿਲੂ ਜਿਹੜਾ ਉਹਨਾਂ ਨੇ ਕਵਰ ਕੀਤਾ। ਬਿਲਕੁਲ, ਇਸੇ ਕਰਕੇ ਮਾਈ ਟੀ ਵੀ ਜਿਹੜਾ ਆ, ਦੂਰ ਦੇਡੇ ਜਾ ਕੇ ਜਿਹੜੇ ਦੇਸ਼ ਦੀ ਖਬਰ ਹੈ ਉੱਥੇ ਦੇ ਵਸਨੀਕਾਂ ਤੋਂ ਆਪਣੇ ਵਿਚਾਰ ਲੈ ਕੇ ਆਪਣੇ ਵਿਊਜ਼ ਨਾਲ ਸਾਂਝੇ ਕਰਦਾ। ਸੋ ਗੱਲ ਆ ਜੀ, ਘਰ ਵਾਪਸ ਆਉਂਦੇ ਆਪਾਂ, ਗੱਲ ਕਰਦੇ ਹਾਂ ਘਰ ਦੀ। ਪੰਜਾਬੀ ਦੀ ਇੱਕ ਕਹਾਵਤ ਹੈ ਜੀ, ਅੰਨਾ ਵੰਡੇ ਸੇਵੀਆਂ ਮੁੜਮੁੜੇ ਆਪਣਿਆਂ ਨੂੰ। ਬਿਲਕੁਲ, ਮੈਂ ਗੱਲ ਇਸ ਕਰਕੇ ਕਰ ਰਿਹਾ ਕਿਉਂਕਿ ਸਾਡੇ ਜੋ ਪ੍ਰਧਾਨ ਨੇ ਮਿਸਟਰ ਡੋਨਲਡ ਟਰੰਪ, ਟਰੰਪ ਸਾਹਿਬ ਅੱਜ ਕੱਲ੍ਹ ਮਾਫੀਆਂ ਦੇਣ 'ਤੇ ਬਹੁਤ ਤੁਰੇ ਹੋਏ ਨੇ। ਸਰਕਾਰ ਸਾਹਿਬ ਵਿਊਜ਼ ਨਾਲ ਸਾਂਝ ਕਰ ਲਈ, ਇੰਨੀਆਂ ਮਾਫੀਆਂ ਕਿਉਂ ਦੇ ਰਹੇ ਨੇ ਪ੍ਰਧਾਨ ਸਾਹਿਬ? ਮੇਰੇ ਹਿਸਾਬ ਨਾਲ ਜੀ 30 ਮਾਫੀਆਂ ਲਿਖੀਆਂ ਗਈਆਂ ਨੇ ਜੀ ਪਿਛਲੇ ਹਫ਼ਤੇ ਦੇ ਵਿੱਚ, ਅਤੇ ਇਸ ਗੱਲ ਦੀ ਤਾਂ ਕਿਸੇ ਨੂੰ ਕੋਈ ਖਬਰ ਨਹੀਂ ਹੈ ਕਿ ਉਹ ਜੋ ਕਰਦੇ ਨੇ ਉਹ ਕਿਉਂ ਕਰਦੇ ਨੇ। 3000 ਨਾ ਕੰਸਿਡਰ ਕੀਤੇ ਜਾ ਰਹੇ ਜੋ ਲੇਟੈਸਟ ਹੈ ਉਹਨਾਂ ਦੇ, ਆਪਣੇ ਆਪਣਾ G7 ਜਿਹੜਾ ਆਪਣਾ ਸਮਿਟ ਹੈ ਉਹਦੇ ਜਾਣ ਤੋਂ ਪਹਿਲਾਂ ਵਾਈਟ ਹਾਊਸ ਤੋਂ ਉਹਨਾਂ ਨੇ ਜਾਂਦਿਆਂ ਜਾਂਦਿਆਂ ਆਪਣੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ 3000 ਨਾਂ ਜਿਹੜੇ ਨੇ ਉਹਨਾਂ ਦੀ ਟੀਮ ਕੰਸਿਡਰ ਕਰ ਰਹੀ ਹੈ ਮਾਫੀ ਦੇਣ ਵਾਲਿਆਂ ਨੂੰ। ਤੁਸੀਂ ਗੱਲ ਬਹੁਤ ਲੰਮੀ ਚੌੜੀ ਕੀਤੀ ਕੈਨੇਡਾ ਦੇ ਬਾਰੇ। ਕੈਨੇਡਾ ਇਜ਼ ਵਨ ਆਫ ਦ ਮੋਸਟ ਸਟੈਡਫੈਸਟ ਐਲਾਏ
ਆਫ ਅਮੈਰੀਕਾ ਆਫ ਅਮੈਰੀਕਾ ਕੋਈ ਸ਼ੱਕ ਨਹੀਂ ਅਤੇ ਉਹਨਾਂ ਦੇ ਨਾਲ ਦੁਸ਼ਮਣੀ ਪਾਈ ਜਾ ਰਹੀ ਹੈ ਕਿ ਆ ਬੈਲ ਮੁਝੇ ਮਾਰ ਵਾਲੀ ਗੱਲ ਕੀਤੀ ਜਾ ਰਹੀ ਹੈ ਕਿ ਤੁਸੀਂ ਅਲੂਮੀਨੀਅਮ ਜਿਹੜਾ ਉਹ ਗਲਤ ਭੇਜ ਰਹੇ ਹੋ ਸਾਨੂੰ ਜਸਟਿਨ ਟਰੂਡੋ ਮੇਰੇ ਹਿਸਾਬ ਨਾਲ ਉਹ ਭਲਾਵਾਂ 'ਚ ਬੰਦਾ ਹੈ ਕਿ ਜਿਹਨੇ ਹਾਲੇ ਤੱਕ ਕੋਈ ਐਕਸ਼ਨ ਨਹੀਂ ਲਿਆ ਇਹੋ ਜਿਹਾ ਪਰ ਇਵੈਂਚੁਅਲੀ ਹੀ ਵਿਲ ਬੀ ਫੋਰਸ ਟੂ ਡੂ ਸੋ ਕਿ ਆਪਣੇ ਕੰਟਰੀਮੈਨ ਦੇ ਦਬਾਅ ਦੇ ਥੱਲੇ ਆ ਕੇ ਉਹਨੂੰ ਕੁਛ ਨਾ ਕੁਛ ਤਾਂ ਕਰਨਾ ਪੈਣਾ ਬਾਹਰ ਕੁਛ ਕਰਨਾ ਪਏਗਾ ਇਹਦੇ 'ਚ ਕੋਈ ਸ਼ੱਕ ਨਹੀਂ ਟ੍ਰੇਡ ਵਾਰ ਜਿਹੜੀ ਹੈ ਇਹ ਕਿਤੇ ਨਾ ਕਿਤੇ ਜਾ ਕੇ ਜ਼ਰੂਰ ਨਜਿੱਠਣੀ ਤਾਂ ਪੈਣੀ ਹੈ ਦੋਨਾਂ ਤਰ੍ਹਾਂ ਨੂੰ ਸੋ ਹੁਣ G7 'ਚ ਗਏ ਨੇ ਅਤੇ G7 ਦੇ ਵਿੱਚ ਵੀ ਜਾ ਕੇ ਉਹ ਆਪਣਾ ਪਾਸਟ ਸ਼ੋਅ ਕਰ ਰਹੇ ਆ ਕਿ ਮੈਂ ਜੋ ਕਰ ਸਕਦਾ ਮੈਂ ਹੀ ਕਰ ਸਕਦਾ ਪਰ ਬਾਕੀ ਦੀਆਂ ਜਿਹੜੀਆਂ ਕੰਟਰੀਜ਼ ਨੇ ਜਰਮਨੀ ਇੰਗਲੈਂਡ ਹਾਂਜੀ ਅਤੇ ਉਹ ਤੁਹਾਡਾ ਕੀ ਖਿਆਲ ਹੈ ਕਿ ਉਹ ਖਿਆਲ ਇੱਥੋਂ ਸ਼ੁਰੂ ਕਰਦੇ ਆਪਾਂ ਕਿ ਮੈਨੂੰ ਬੜੀ ਖੁਸ਼ੀ ਹੈ ਕਿ ਫੋਰ ਦ ਫਸਟ ਟਾਈਮ ਹੀ ਸਾਊਂਡਡ ਵੈਰੀ ਪੋਜ਼ਿਟਿਵ ਜਦੋਂ ਵਾਈਟ ਹਾਊਸ ਤੋਂ ਜਾਣ ਲੱਗੇ ਨਾ ਅਤੇ ਇੰਟਰੈਕਸ਼ਨ ਕੀਤੀ ਮੀਡੀਆ ਦੇ ਨਾਲ ਹੀ ਸਾਊਂਡਡ ਵੈਰੀ ਪੰਪਡ ਅਪ ਐਂਡ ਵੈਰੀ ਪੋਜ਼ਿਟਿਵ ਐਜ਼ ਇਫ ਹੀ ਇਜ਼ ਔਨ ਟੋਪ ਆਫ ਦ ਗੇਮ ਸੋ ਲੈਟਸ ਸੀ ਵਟ ਦੀ ਐਂਡ ਰਿਜ਼ਲਟ ਇਜ਼ ਪਰ ਗੱਲ ਫਿਰ ਮੁੜ ਕੇ ਆਉਣਾ ਚਾਹੁੰਦਾ ਮੈਂ 3000 ਮਾਫੀ 'ਤੇ ਕੀ ਇਹ 3000 ਮਾਫੀ ਇਸ ਕਰਕੇ ਕੰਸਿਡਰ ਤਾਂ ਨਹੀਂ ਕੀਤੀ ਜਾ ਸੀ ਅਗਰ ਕੱਲ੍ਹ ਨੂੰ ਰਸ਼ੀਆ ਦਾ ਜਿਹੜਾ ਕਲੂਸ਼ਨ ਦਾ ਚੱਲ ਰਿਹਾ ਇਲੈਕਸ਼ਨ ਦੇ ਵਿੱਚ ਉਹਦੇ 'ਚ ਅਗਰ ਪ੍ਰਧਾਨ ਸਾਹਿਬ ਅਤੇ ਪ੍ਰਧਾਨ ਸਾਹਿਬ ਦੇ ਅੱਗੇ ਸੰਗੀਆਂ ਨੂੰ ਕੋਈ ਗਿਲਟੀ ਫਾਈਂਡ ਆਊਟ ਕੀਤਾ ਜਾਂਦਾ ਤਾਂ ਉਹਦੇ 'ਚ ਮਾਫੀ ਦੇਣ ਲਈ ਕੋਈ ਗਰਾਊਂਡ ਤਿਆਰ ਤਾਂ ਨਹੀਂ ਕੀਤਾ ਜਾ ਰਿਹਾ ਸਰ ਮਿਲਰ ਨੇ ਅੱਜ ਦੇ ਦਿਨ ਵਿੱਚ ਮੈਨਾਫੋਰਟ ਅਤੇ ਉਹਦੇ ਇੱਕ ਹੋਰ ਸਾਥੀ ਨੂੰ ਚਾਰਜ ਕੀਤਾ ਹਾਂਜੀ ਸੋ ਉਹ ਹੌਲੀ ਹੌਲੀ ਪ੍ਰਧਾਨ ਸਾਹਿਬ ਦੇ ਨੇੜੇ ਪਹੁੰਚਦਾ ਜਾ ਰਿਹਾ ਪਰਾਲੀ ਨੂੰ ਅੱਗ ਜੇ ਲੱਗਦੀ ਆ ਅਤੇ ਧੂੰਆਂ ਨਿਕਲਦਾ ਜੀ ਸੋ ਕੁਛ ਨਾ ਕੁਛ ਤਾਂ ਉੱਥੇ ਹੈਗਾ ਜੀ ਕੁਛ ਨਾ ਕੁਛ ਹੈਗਾ ਚਲੋ ਕੋਈ ਨਹੀਂ ਦੇਖਦੇ ਹਾਂ ਜੀ ਇਹ ਤਾਂ ਵਕਤ ਦੱਸੇਗਾ ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਸਾਡਾ ਦੇਸ਼ ਇਹਦਾ ਇੱਕ ਸਿਸਟਮ ਹੈ ਇੱਕ ਕਾਇਦਾ ਕਾਨੂੰਨ ਹੈ ਔਰ ਮੈਨੂੰ ਮਾਣ ਹੈ ਫਖਰ ਹੈ ਆਪਣੇ ਉਹਨਾਂ ਸਿਟੀਜ਼ਨਸ 'ਤੇ ਜਿਹੜੇ ਦੇਸ਼ ਨੂੰ ਪਹਿਲਾਂ ਰੱਖ ਕੇ ਆਪਣੇ ਫਰਜ਼ ਨੂੰ ਪਹਿਚਾਣ ਕੇ ਦੇਸ਼ ਦੀ ਬਿਹਤਰੀ ਦੇ ਲਈ ਦੇ ਆਰ ਵਿਲਿੰਗ ਟੂ ਟੇਕ ਔਨ ਈਵਨ ਦ ਬਿਗੈਸਟ ਮੈਨ ਇਨ ਦਿਸ ਕੰਟਰੀ ਵਿਚ ਇਜ਼ ਦ ਪ੍ਰੈਜੀਡੈਂਟ ਦੇ ਗੋ ਫੇਸ ਟੂ ਫੇਸ ਲੀਗਲ ਲੜਾਈ ਜਿੰਨੀ ਹੈ ਜਿਵੇਂ ਕਿ ਮਿਊਲਰ ਸਾਹਿਬ ਕਰ ਰਹੇ ਨੇ ਔਰ ਹੋਣਾ ਵੀ ਚਾਹੀਦਾ ਕਿਉਂਕਿ ਨੋ ਬੜੀ ਇਜ਼ ਅਬਵ ਦ ਲਾਅ ਕੋਈ ਸ਼ੱਕ ਨਹੀਂ ਸਾਡਾ ਕੋਨਸਟੀਟਿਊਸ਼ਨ ਇਜ਼ ਦੀ ਅਲਟੀਮੇਟ ਅਤੇ ਉਹਦੇ ਅਧੀਨ ਆਪਾਂ ਸਾਰੇ ਆਉਂਦੇ ਹਾਂ ਸੋ ਅਗਰ ਕੋਈ ਗਲਤੀ ਕੀਤੀ ਜਾਂਦੀ ਹੈ ਤਾਂ ਉਹਦਾ ਪ੍ਰਾਈਸ ਤਾਂ ਪੇ ਕਰਨਾ ਹੀ ਪਏਗਾ ਉਹ ਗੱਲ ਦੂਜੀ ਹੈ ਕਿ ਕੱਲ੍ਹ ਨੂੰ ਸਾਡੇ ਪ੍ਰਧਾਨ ਦੀਆਂ ਪਾਵਰਸ ਇੰਨੀਆਂ ਵੱਡੀਆਂ ਨੇ ਕਿ ਉਹ ਆਪਣੇ ਅੰਗੀ ਸੰਗੀਆਂ ਨੂੰ ਵੀ ਮਾਫ਼ ਕਰ ਸਕਦੇ ਨੇ ਅਤੇ ਕਿਸੇ ਹੱਦ ਤੱਕ ਆਪਣੇ ਆਪ ਨੂੰ ਮਾਫ਼ੀ ਦੇ ਸਕਦੇ ਔਰ ਇਹ ਜਿਹੜੇ ਸਦੀਆਂ ਦੇ ਬਣੇ ਹੋਏ ਰਿਸ਼ਤੇ ਨੇ ਇਹਨਾਂ ਨੂੰ ਤੁਸੀਂ ਓਵਰਨਾਈਟ ਤੋੜ ਨਹੀਂ ਸਕਦੇ ਇਹ 'ਚ ਕੋਈ ਸ਼ੱਕ ਨਹੀਂ ਹੈ ਔਰ ਅਨਫੋਰਚੁਨੇਟਲੀ ਇਸ ਟਾਈਮ ਜਿਹੜੀ ਆਪਣੀ ਇਲੈਕਸ਼ਨ ਹੈ ਉਹ ਹਾਲੇ ਦਸੰਬਰ ਨਵੰਬਰ ਦਸੰਬਰ ਜਾ ਕੇ ਹੋਣੀ ਹੈ ਉਹ ਦਰਸਾਏਗੀ ਕਿ ਕੀ ਡੈਮੋਕ੍ਰੇਟਸ ਦੁਬਾਰਾ ਹਾਊਸ ਨੂੰ ਟੇਕ ਓਵਰ ਕਰ ਸਕਦੇ ਨੇ ਅਗਰ ਕਰ ਸਕਦੇ ਨੇ ਤਾਂ ਕਿਤੇ ਨਾ ਕਿਤੇ ਜਾ ਕੇ ਕੱਲ੍ਹ ਨੂੰ ਇੰਪੀਚਮੈਂਟ ਦਾ ਰੌਲਾ ਪੈ ਸਕਦਾ ਬੜੇ ਅਰਸੇ ਪਹਿਲਾਂ ਮੈਨੂੰ ਰੇਡੀਓ ਸਟੇਸ਼ਨ ਤੋਂ ਸਾਡੇ ਸੱਜਣ ਮਿੱਤਰ ਨੇ ਵੈਨਕੂਵਰ ਤੋਂ ਉਹ ਰੇਡੀਓ ਸ਼ੋਅ ਕਰਦੇ ਨੇ ਔਰ ਮੈਨੂੰ ਸਮੇਂ ਸਮੇਂ 'ਤੇ ਬਤੌਰ ਗੈਸਟ ਲੈਂਦੇ ਰਹਿੰਦੇ ਨੇ ਬੜੇ ਮਹੀਨੇ ਪਹਿਲਾਂ ਉਹਨਾਂ ਨੇ ਮੈਨੂੰ ਪੁੱਛਿਆ ਸੀ ਇੰਪੀਚਮੈਂਟ ਕਿਵੇਂ ਹੈ ਤਾਂ ਮੈਂ ਉਹਨਾਂ ਦੋ ਲਾਈਨਾਂ ਸੁਣਾਈਆਂ ਸੀ ਕਿ ਜਿਹੜੇ ਮਿਰਜ਼ੇ ਨੇ ਵਰਤੇ ਨਾ ਉਹਨਾਂ ਤੀਰਾਂ ਦਾ ਕੀ ਕਰਨਾ ਜਿਹੜੇ ਤੀਰਾਂ ਤੋਂ ਡਰਦੇ ਨਾ ਉਹਨਾਂ ਤੀਰਾਂ ਦਾ ਕੀ ਕਰਨਾ ਹਾਲੇ ਉਹ ਤੀਰ ਬੜੇ ਦੂਰ ਨੇ ਦੇਖਦੇ ਹਾਂ ਸਮਾਂ ਜਦੋਂ ਆਏਗਾ ਪਰ ਮੈਨੂੰ ਬਿਲ ਕਲਿੰਟਨ ਦੀ ਦੋ ਕੁ ਦਿਨ ਪਹਿਲਾਂ ਉਹਨਾਂ ਦਾ ਬਿਆਨ ਮੈਂ ਸੁਣ ਰਿਹਾ ਸੀ CNN 'ਤੇ ਐਂਡ ਹੀ ਵਾਸ ਸੇਇੰਗ ਕਿ ਜੇ ਇਹ ਡੈਮੋਕ੍ਰੇਟਿਕ ਪ੍ਰੈਜ਼ੀਡੈਂਟ ਹੁੰਦਾ ਹੀ ਵੁੱਡ ਹੈਵ ਬੀਨ ਇੰਪੀਚਡ ਬਾਏ ਨਾਓ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਕਾਂਗਰਸ ਜਿਹੜੀ ਹੈ ਦੋਨੋਂ ਪਾਸੇ ਰਿਪਬਲਿਕਨਸ ਬੈਠੇ ਨੇ ਦੇ ਕੁਡ ਇੰਪੀਚਡ ਹੈ ਬਟ ਚਲੋ ਵਕਤ ਟਾਈਮ ਵਿਲ ਟੈਲ ਐਸ ਦੇ ਸੇ ਕਿ ਊਟ ਕਿਹੜੇ ਪਾਸੇ ਨੂੰ ਕਰਵਟ ਲੈਂਦਾ ਬਟ ਇਟਸ ਗੁੱਡ ਟੂ ਸੀ ਯੂ ਸਰ ਗੁੱਡ ਟੂ ਸੀ ਯੂ ਬੈਕ ਇਨ ਦ ਸਟੂਡੀਓ ਬੈਕ ਔਨ ਦ ਸ਼ੋਅ ਵਿਦ ਮੀ ਇਟਸ ਆਲਵੇਜ਼ ਅ ਪਲੈਜਰ ਸੋ ਸਾਡੇ ਵੱਲੋਂ ਅੱਜ ਇੰਨਾ ਜੀ ਕੱਲ੍ਹ ਨੂੰ ਸਾਡੇ ਲੋਕਲ ਕਮਿਊਨਿਟੀ ਦੇ ਲਈ ਕੱਲ੍ਹ ਸ਼ਾਮ ਨੂੰ 6 ਵਜੇ ਤੋਂ ਲੈ ਕੇ 10 ਵਜੇ ਤੱਕ ਬਹੁਤ ਵਧੀਆ ਰੰਗਾਰੰਗ ਪ੍ਰੋਗਰਾਮ ਚੱਲ ਰਿਹਾ ਅਲੱਗ ਅਲੱਗ ਕਲਾ ਆ ਰਹੇ ਨੇ ਸ਼ੋਅ ਹੈਜ਼ ਬਿਨ ਸੋਲਡ ਲੁਕਿੰਗ ਫਾਰਵਰਡ ਟੂ ਇਟ
I'm going to go with my family, my friends, enjoy it. I hope everybody goes there and enjoy their show. So, ਸਾਡੇ ਵੱਲੋਂ ਤੁਹਾਡਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਆਦਾਬ ਨਮਸਕਾਰ, ਰੱਬ ਰਾਖਾ, ਖੁਸ਼ ਰਹੋ। ਥੈਂਕ ਯੂ।